ਆਸਟ੍ਰੇਲੀਆ ਨੂੰ ਲੈ ਕੇ ਜਿਵੇਂ ਮੈਂ ਕਿਹਾ ਡਾਈਸੀ ਰਹਿੰਦਾ ਕੋਈ ਕਹਿ ਰਿਹਾ ਵੀਜ਼ਾ ਆ ਰਿਹਾ ਕੋਈ ਕਹਿ ਰਿਹਾ ਕਿ ਆਸਟ੍ਰੇਲੀਆ ਜੀ ਬੰਦ ਹੋ ਗਿਆ ਆਸਟ੍ਰੇਲੀਆ ਵੀਜ਼ੇ ਨਹੀਂ ਦੇ ਰਿਹਾ ਮੈਂ ਤੁਹਾਡੇ ਕੋਲ ਜਾਣਾ ਚਾਹਾਂਗੀ 2024 ਦੀ ਕੀ ਕੰਡੀਸ਼ਨ ਹੈਗੀਆ ਵੀਜ਼ਾ ਆ ਰਹੇ ਨੇ ਆਸਟ੍ਰੇਲੀਆ ਇਸ ਟਾਈਮ ਓਪਨ ਹੈਗਾ ਆ ਜਾਂ ਫਿਰ ਫੇਰ ਡਾਈਸੀ ਹੈਗਾ ਆਸਟ੍ਰੇਲੀਆ ਦੇ ਵਿੱਚ 50-50 ਚੱਲ ਰਿਹਾ ਕੁਝ ਵੀਜ਼ੇ ਆਏ ਨੇ ਕੁਝ ਨਹੀਂ ਆਏ ਬੱਚਿਆਂ ਦੇ ਵੀਜ਼ਾ ਨਾ ਆਣ ਦਾ ਇੱਕ ਕਾਰਨ ਹੁੰਦਾ ਮਨ ਲਓ ਤੁਸੀਂ ਫਾਈਲ ਨੂੰ ਸਹੀ ਤਰੀਕੇ ਨਾਲ ਨਹੀਂ ਲਾਰੇ ਤਾਂ ਆਸਟ੍ਰੇਲੀਆ ਦੀ ਕੋਈ ਵੀ ਐਮਬੈਸੀ ਤੁਹਾਨੂੰ ਵੀਜ਼ਾ ਨਹੀਂ ਦੇਊਗੀ ਆਸਟ੍ਰੇਲੀਆ ਦੀ ਐਮਬੈਸੀ 2024 ਦੇ ਮਾਈ ਇਨਟੇਕ ਜੁਲਾਈ ਇਨਟੇਕ ਦੇ ਵਿੱਚ ਜਿਹੜੇ ਬੱਚਿਆਂ ਨੇ ਅਪਲਾਈ ਕਰਨਾ ਚਾਹੁੰਦੇ ਨੇ ਤੇ ਆਸਟ੍ਰੇਲੀਆ ਜਾ ਕੇ ਪੜ੍ਹਨਾ ਚਾਹੁੰਦੇ ਨੇ ਉਹ ਬੱਚਿਆਂ ਦੇ ਲਈ ਕਾਫੀ ਕੰਡੀਸ਼ਨਸ ਪਾਈਆਂ ਨੇ ਵੀਜ਼ਾ ਲੈਣ ਦੇ ਲਈ ਸੋ ਪਹਿਲੀ ਕੰਡੀਸ਼ਨ ਇਹ ਹੈ ਕਿ ਤੁਸੀਂ 1 ਸਾਲ ਦੀ ਆਪਣੀ ਟਿਊਸ਼ਨ ਫੀਸ ਪੇ ਕਰਨੀ ਹੈ ਸੋ ਕਈ ਬੱਚੇ ਕੀ ਕਰ ਰਹੇ ਨੇ ਕਿ ਸਮੈਸਟਰ ਦੀ ਫੀਸ ਪੇ ਕਰਦੇ ਪਏ ਨੇ ਸੋ 99% ਪੰਜਾਬ ਦਾ ਬੱਚਾ ਆਪਣੀ ਸਮੈਸਟਰ ਦੀ ਫੀਸ ਪੇ ਕਰਕੇ ਜਾ ਰਿਹਾ ਸੋ ਸਮੈਸਟਰ ਦੀ ਫੀਸ ਦੇ ਨਾਲ ਆਸਟ੍ਰੇਲੀਅਨ ਗਵਰਨਮੈਂਟ ਨੂੰ ਲੱਗ ਰਿਹਾ ਕਿ ਕਿਤੇ ਸਾਡੀ ਕੰਟਰੀ ਦੇ ਵਿੱਚ ਆ ਜੇ ਕੱਲ ਨੂੰ ਇਸ ਤੋਂ ਫੀਸ ਅਰੇਂਜ ਨਾ ਹੋਵੇ ਜਾਂ ਕੋਈ ਅਦਰ ਪ੍ਰੋਬਲਮਸ ਆ ਜੇ ਜਿਹਦੇ ਕਰਕੇ ਬੱਚਾ ਪੜ੍ਹਾਈ ਨੂੰ ਛੱਡ ਕੇ ਇੱਧਰ ਉੱਧਰ ਭਟਕੇ ਸੋ ਕੈਨੇਡੀਅਨ ਗਵਰਨਮੈਂਟ ਨੇ ਕੀ ਕੀਤਾ ਉਹਨਾਂ ਨੇ ਜੀਆਈਸੀ ਡਬਲ ਕੀਤੀ ਕਿਉਂ ਕੀਤੀ ਆ ਕੀ ਬੱਚੇ ਕੋਲ ਖੁਦ ਦਾ ਆਪਣਾ ਪੈਸਾ ਹੋਣਾ ਚਾਹੀਦਾ ਉਹ ਆਪਣੀ ਫੀਸ ਕੱਢ ਲੇ ਉਹ ਆਪਣਾ ਲਿਵਿੰਗ ਐਕਸਪੈਂਸ ਕੱਢੇ ਉਹਦੇ ਵਿੱਚੋਂ ਸੋ ਆਸਟ੍ਰੇਲੀਅਨ ਗਵਰਨਮੈਂਟ ਵੀ ਇਹੀ ਗੱਲ ਕਹਿ ਰਹੀ ਹੈ ਜਿਹੜੇ ਦੇਖੋ ਫੰਡ ਦਿਖਾਏ ਜਾ ਰਹੇ ਹਨ ਆਸਟ੍ਰੇਲੀਅਨ ਗਵਰਨਮੈਂਟ ਨੂੰ ਪਤਾ ਕਿ ਇਹ ਫੰਡ ਸਾਰੇ ਫੇਕ ਨੇ ਬਟ ਕੀ ਆ ਉਹ ਫਿਰ ਵੀ ਚਲੋ ਇੱਕ ਵੀਜ਼ਾ ਦੇ ਰਹੇ ਨੇ ਸੋ ਕਾਫੀ ਇਮੀਗ੍ਰੇਸ਼ਨਸ ਏਜੰਟਸ ਨੇ ਜਿਹੜੇ ਫੰਡ ਸ਼ੋ ਕਰਾਉਂਦੇ ਨੇ ਸਾਰੇ ਇੱਧਰ ਉੱਧਰੋਂ ਹੀ ਕਰਾ ਰਹੇ ਨੇ ਕਈ ਬੱਚਿਆਂ ਕੋਲ ਫੰਡ ਨਹੀਂ ਹੈਗੇ ਸਾਰੇ ਬੱਚੇ ਆਸਟ੍ਰੇਲੀਆ ਜਾਣ ਵਾਲੇ ਫੰਡ ਕਿਤੇ ਹੋਰੋਂ ਸ਼ੋ ਕਰਾਉਂਦੇ ਨੇ ਉਹਨਾਂ ਦੇ ਕੋਲ ਆਪਣਾ ਫੰਡ ਨਹੀਂ ਹੈਗਾ ਇਹ ਗੱਲ ਆਸਟ੍ਰੇਲੀਆ ਨੇ ਵੈਸੀ ਸਮਝ ਚੁੱਕੀ ਆ ਆਸਟ੍ਰੇਲੀਆਨ ਐਂਬੈਸੀ ਇਸੇ ਲਈ ਵੀਜ਼ਾ ਨਹੀਂ ਦੇ ਰਹੀ ਕਿਉਂਕਿ ਫੰਡ ਆਪਣੇ ਨਕਲੀ ਨੇ ਫੀਸ ਤੁਸੀਂ ਘੱਟ ਪੜੀ ਪੇ ਕੀਤੀ ਆ ਉਹ ਕਿਦਾਂ ਤੁਹਾਨੂੰ ਵੀਜ਼ਾ ਦੇ ਦੇਣਗੇ ਸੋ ਵੀਜ਼ੇ ਲਈ ਜੇ ਤੁਹਾਡੇ ਕੋਲ ਆਇਲ ਸਪੀਟੀ ਦੇ ਵਿੱਚ ਬੈਂਡ ਅੱਛੇ ਨੇ ਤੁਹਾਡੇ ਪਰਸੈਂਟ ਅੱਛਾ ਗੈਪ ਆ ਉਹਨੂੰ ਜਸਟੀਫਾਈ ਕਰ ਚੁੱਕੇ ਉਸ ਤੋਂ ਬਾਅਦ ਵੀ ਨਹੀਂ ਵੀਜ਼ਾ ਮਿਲਦਾ ਪਿਆ ਬੱਚਿਆਂ ਨੂੰ ਇਸੇ ਲਈ ਨਹੀਂ ਮਿਲ ਰਿਹਾ ਕਿਉਂਕਿ ਉਹ ਆਪਣਾ ਐਕਸਪੈਂਸ ਨਹੀਂ ਦਿਖਾ ਪਾਰੇ ਉਹ ਪੈਸਾ ਹੀ ਨਹੀਂ ਸ਼ੋਅ ਕਰ 파ਰੇ ਕਿ ਅਸੀਂ ਆਸਟ੍ਰੇਲੀਆ ਆ ਕੇ ਪੜਾਂਗੇ ਉਹ ਪੜਾਈ ਦੇ ਉੱਤੇ ਜਿਹੜਾ ਖਰਚਾ ਆਊਗਾ ਉਹ ਖਰਚਾ ਕੀ ਉਹਨਾਂ ਕੋਲ ਹੈਗਾ ਕਿ ਨਹੀਂ ਹੈਗਾ 5-6 ਲੱਖ ਰੁਪਏ ਸਮੈਸਟਰ ਦੀ ਫੀਸ ਬਣਦੀ ਆ ਉਹ ਭਰ ਦੰਦੇ ਨੇ ਉਹ ਜਿਹੜੀ ਫੀਸ ਆ 4 ਮਹੀਨੇ ਪੜਦਾ ਬੱਚਾ 2 ਮਹੀਨੇ ਛੁੱਟੀਆਂ ਰਹਿ ਜਾਂਦੀਆਂ ਨੇ ਤਾਂ ਫਿਰ ਉਹ ਸਟੇਜਨ ਗਵਰਨਮੈਂਟ ਇਸ ਚੀਜ਼ ਨੂੰ ਲੈ ਕੇ ਕਾਫੀ ਜ਼ਿਆਦਾ ਡਾਊਟ ਦੇ ਵਿੱਚ ਆ ਕਿ ਬੱਚਾ ਸਮੈਸਟਰ ਦੀ ਫੀਸ ਪੇ ਕਰਕੇ ਆ ਜਾਂਦਾ ਸਮੈਸਟਰ ਪੜਦਾ ਯੂਨੀਵਰਸਿਟੀ ਬਦਲ ਲਾਂਦਾ ਜਾਂ ਕਦੇ ਕਾਲਜ ਬਦਲ ਲਾਂਦਾ ਕਦੇ ਆਪਣੇ ਵੀਜ਼ੇ ਨੂੰ ਚੇਂਜ ਕਰ ਰਿਆ ਸੋ ਕਿਤੇ ਨਾ ਕਿਤੇ ਬੱਚਿਆਂ ਨੂੰ ਇਹ ਖਰਾਬੀ ਹੋਣ ਕਰਕੇ ਆਸਟ੍ਰੇਲੀਆ ਦੀ ਗਵਰਨਮੈਂਟ ਸਟਿੱਕ ਹੋ ਗਈ ਆ ਜੇ ਤੁਸੀਂ ਮਾਈਨ ਟੇਕ ਦਾ ਵੀਜ਼ਾ ਲੈਣਾ ਚਾਹੁੰਦੇ ਹੋ ਜਾਂ ਜੁਲਾਈ ਦਾ ਵੀਜ਼ਾ ਲੈਣਾ ਚਾਹੁੰਦੇ ਹੋ ਤੁਸੀਂ ਮੇਰੇ ਕੋਲ ਪਟਿਆਲੇ ਹੈੱਡਕੁਆਟਰ ਇਮੀਗ੍ਰੇਸ਼ਨ ਦੇ ਵਿੱਚ ਆਓ ਤੁਹਾਡੇ ਆਲਸ ਚ ਬੈਂਡ ਆ ਤੁਹਾਡਾ ਗੈਪ ਆ ਪਰਸੈਂਟ ਹੈ ਜੋ ਵੀ ਤੁਹਾਡੀ ਪ੍ਰੋਫਾਈਲ ਇੱਕ ਵਾਰੀ ਸ਼ੇਅਰ ਕਰੋ ਪ੍ਰੋਫਾਈਲ ਸ਼ੇਅਰ ਤੋਂ ਬਾਅਦ ਤੁਹਾਡਾ ਐਕਸਪੈਂਸ ਵੀ ਤੁਹਾਡੇ ਕੋਲ ਹੋਣਾ ਚਾਹੀਦਾ 1 ਸਾਲ ਦੀ ਟਿਊਸ਼ਨ ਫੀਸ ਪੇ ਕਰਨੀ ਚਾਹੀਦੀ ਹੈ ਤੁਹਾਨੂੰ ਜੇ ਤੁਸੀਂ ਵੀਜ਼ੇ ਦੇ ਮੁਕਾਮ ਤੱਕ ਪਹੁੰਚਣਾ ਕਿਉਂਕਿ 99% ਸੈਮੈਸਟਰ ਦੀ ਫੀਸ ਦੇ ਉੱਤੇ ਹੁੰਦਾ ਵੀਜ਼ੇ ਦਾ ਸਕਸੈਸ ਰੇਟ ਜਦੋਂ ਤੁਸੀਂ ਸਾਲ ਦੀ ਪੇ ਕਰ ਦਿੰਦੇ ਹੋ ਨਾ ਸੋ ਉਦੋਂ ਤੁਹਾਡਾ 100% ਸਕਸੈਸ ਰੇਟ ਥੋੜਾ ਵੱਧ ਜਾਂਦਾ ਹੋਰ ਕਿਉਂਕਿ ਇੱਕ ਸਾਲ ਦੀ ਫੀਸ ਤੁਸੀਂ ਆਲਰੇਡੀ ਕਾਲਜ ਨੂੰ ਜਾਂ ਯੂਨੀਵਰਸਿਟੀ ਨੂੰ ਪੇ ਕਰ ਚੁੱਕੇ ਹੋ ਅੰਬੈਸੀ ਦੇਖ ਰਹੀ ਹੈ ਕਿ ਸਾਲ ਦੀ ਫੀਸ ਪੇ ਆਏ ਦੀ ਬਾਕੀ ਇਹਦੇ ਕੋਲ ਲਿਵਿੰਗ ਐਕਸਪੈਂਸ ਦੇ ਵਿੱਚ ਜਿਹੜੇ ਫੰਡ ਦਿਖਾ ਰਿਹਾ ਜੇ 32 ਲੱਖ ਇਹਦਾ ਆਪਣਾ ਨਹੀਂ ਹੈਗਾ ਉਹਦੇ ਚੋਂ 10 ਲੱਖ 15 ਲੱਖ ਦਾ ਇਹਦਾ ਆਪਣਾ ਹੋਊਗਾ ਸੋ ਬਾਕੀ ਜਿਹੜੀ ਪੜਾਈ ਰਹਿ ਗਈ ਉਹਦੀ ਫੀਸ ਤਾਂ ਉਹਨਾਂ ਕੋਲ ਹੋਊਗੀ ਸੋ ਸਾਲ ਦੀ ਫੀਸ ਭਰ ਕੇ ਜਾਣ ਨਾਲ ਮੈਨੂੰ ਵੀਜ਼ੇ ਦੇ ਵਿੱਚ ਕਾਫੀ ਜ਼ਿਆਦਾ ਬੈਨੀਫਿਟ ਦੇਖਿਆ ਕਿਉਂਕਿ ਮੈਂ ਹੁਣ ਤੱਕ ਜਿੰਨੇ ਵੀ ਵੀਜ਼ੇ ਲੱਤੇ ਨੇ ਸਾਰੇ ਜ਼ਿਆਦਾਤਰ ਸਾਲ ਦੀ ਫੀਸ ਪੇ ਕਰਕੇ ਹੀ ਅਸੀਂ ਵੀਜ਼ੇ ਲੱਤੇ ਨੇ ਸੋ ਫਰਵਰੀ ਇਨਟੇਕ ਜਿਹੜੀਆਂ ਫਾਈਲਾਂ ਲਾਈਆਂ ਸੀ ਵੀਜ਼ੇ ਆਨੇ ਸ਼ੁਰੂ ਹੋਏ ਨੇ ਸੋ ਹਰ ਇੱਕ ਬੱਚੇ ਦਾ ਕੀਤਾ ਸੀ ਫੈਬਿਨ ਟੇਕ ਦੇ ਵਿੱਚ ਜਿਨ੍ਹਾਂ ਦੇ ਫਾਈਲਾਂ ਲਾਈਆਂ ਸੀ ਸਾਲ ਦੀ ਫੀਸ ਪੇ ਕੀਤੀ ਆ ਸੋ ਸਾਲ ਦੀ ਫੀਸ ਦੇ ਨਾਲ ਕਾਫੀ ਵਧੀਆ ਰਿਜ਼ਲਟ ਸਾਨੂੰ ਦੇਖਣ ਨੂੰ ਮਿਲਿਆ ਓਕੇ